ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਸੰਤ ਮਹਿਲਾ ਪੰਜਵਾਂ ਘਰ ਪਹਿਲਾ ਦੋ ਤੁਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਸੇਵਾ ਕਰ ਨਮਸਕਾਰ ਅੱਜ ਹਮਾਰਾ ਮੰਗਲ ਚਾਰ ਅੱਜ ਹਮਾਰਾ ਮਹਾ ਆਨੰਦ ਚਿੰਤ ਲੱਥੀ ਭੇਟੇ ਗੋਬਿੰਦ ਗੁਰ ਸੇਵਾ ਕਰ ਨਮਸਕਾਰ ਅੱਜ ਹਮਾਰਾ ਮੰਗਲ ਚਾਰ ਅੱਜ ਹਮਾਰਾ ਮਹਾ ਅਨੰਦ ਚਿੰਤ ਲੱਥੀ ਭੇਟੇ ਗੋਬਿੰਦ ਅੱਜ ਹਮਾਰੇ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੂੰ ਬੇਅੰਤ ਰਹਾਓ ਆਜ ਹਮਾਰਾ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ ਹੋਲੀ ਕਿਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਮਨ ਤਨ ਮੌਲੇਓ ਅਤ ਅਨੂਪ ਸੁਕੈ ਨਾਹੀ ਸ਼ਾਮ ਧੂਪ ਸਗਲੀ ਰੂਤੀ ਹਰਿਆ ਹੋਏ ਸਤ ਬਸੰਤ ਗੁਰ ਮਿਲੇ ਦੇਵ ਬੇਰਖ ਜਮਿਓ ਹੈ ਪਾਰ ਜਾਤ ਫੂਲ ਲਗੇ ਫਲ ਰਤਨ ਭਾਤ ਤ੍ਰਿਪਤ ਅਘਾਨੇ ਹਰ ਗੁਨ ਹੈ ਗਾਏ ਜਨ ਨਾਨਕ ਹਰ 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 ਧਿਆਏ ਬੇਰਖ ਜਮਿਓ ਹੈ ਪਾਰ ਜਾਤ ਫੂਲ ਲਗੇ ਫਲ ਰਤਨ ਭਾਂਤ ਤ੍ਰਿਪਤ ਅਘਾਨੇ ਹਰ ਗੁਣਹ ਗਾਏ ਜਨ ਨਾਨਕ ਹਰ 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 ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੈਨਕ ਸਵੇਰਾ ਟੀਵੀ ਚੈਨਲ ਦੇਖ ਰਹੇ ਸਮੂਹ ਗੁਰਮੁਖ ਪਿਆਰਿਓ ਸਤ ਸੰਗੀ ਜਨੋ ਆਪ ਜੀ ਬੜਪਾਗੀ ਹੋ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਹੋ। ਦੈਨਿਕ ਸਵੇਰਾ ਟੀਵੀ ਚੈਨਲ ਵੱਲੋਂ ਆਰੰਭ ਕੀਤੇ ਗਏ ਗੁਰਬਾਣੀ ਵਿਚਾਰ ਦੇ ਨਵਕਲੇ ਪ੍ਰੋਗਰਾਮ ਹਰ ਕੀਆ ਕਥਾ ਕਹਾਣੀਆਂ ਵਿੱਚ ਨਿਤਾ ਪ੍ਰਤੀ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਗੁਰਮਤਿ ਗੁਰ ਇਤਿਹਾਸ ਦੀ ਵਿਚਾਰ ਆਪ ਸਰਵਨ ਕਰਦੇ ਹੋ। ਬਸੰਤ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸਹਿਨਸ਼ੀਲਤਾ ਦੇ ਪੁੰਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਗੁਰ ਸ਼ਬਦ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ ਜਿਸ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ Holi ਦਾ ਜ਼ਿਕਰ ਕਰਦੇ ਨੇ ਸਤਿਗੁਰੂ ਮਹਾਰਾਜ ਬਾਣੀ ਦੇ ਅੰਦਰ ਆਤਮਿਕ ਪੁਰਸ਼ਾਂ ਵੱਲੋਂ ਜਿਹੜੀ ਸਦੀਵੀ ਨਾਮ ਦੇ ਰੰਗ ਵਾਲੀ Holi ਖੇਡੀ ਜਾਂਦੀ ਹੈ ਸਤਿਗੁਰੂ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰ ਉਸ Holi ਦੀ ਵਿਚਾਰ ਦਿੰਦੇ ਹਨ ਕਿਉਂਕਿ ਹੋਲੀ ਹਿੰਦੁਸਤਾਨ ਦਾ ਇੱਕ ਪ੍ਰਾਚੀਨ ਬਹੁਤ ਵੱਡੀ ਪੱਧਰ ਤੇ ਮਨਾਇਆ ਜਾਣ ਵਾਲਾ ਤਿਉਹਾਰ ਹੈ ਇਹਨੂੰ ਫੈਸਟੀਵਲ ਆਫ ਕਲਰਸ ਜਾਂ ਫੈਸਟੀਵਲ ਆਫ ਲਵ ਵੀ ਕਿਹਾ ਜਾਂਦਾ ਹੈ ਪੁਰਾਣੇ ਸਮੇਂ ਤੋਂ ਹਿੰਦੁਸਤਾਨ ਦੇ ਲੋਕ ਇਹ ਰੰਗਾਂ ਦਾ ਤਿਉਹਾਰ ਜਿਹੜਾ ਹੋਲੀ ਹੈ ਇਹ ਬੜੀ ਵੱਡੀ ਪੱਧਰ ਦੇ ਉੱਤੇ ਮਨਾਉਂਦੇ ਹਨ ਜਦੋਂ ਜਿਹੜੀ ਸਰਦੀਆਂ ਦੀ ਠੰਡ ਹੈ ਉਹ ਖਤਮ ਹੋ ਜਾਂਦੀ ਹੈ ਨਵੀਂ ਰੁੱਤ ਦਾ ਆਗਾਸ ਹੁੰਦਾ ਹੈ ਨਵੀਂ ਰੁੱਤ ਦੀ ਸ਼ੁਰੂਆਤ ਹੁੰਦੀ ਹੈ ਗਰਮੀ ਅਜੇ ਉਨੀ ਹੁੰਦੀ ਨਹੀਂ ਤੇ ਮੌਸਮ ਦੇ ਅੰਦਰ ਇਹ ਜਿਹੜਾ ਖੁੱਲਾ ਡੁੱਲਾਪਨ ਹੈ ਉਹ ਬੰਦੇ ਲਈ ਇੱਕ ਖੁਸ਼ੀ ਦਾ ਸਬਬ ਬਣ ਕੇ ਆਉਂਦਾ ਹੈ ਇੰਨੇ ਹੀ ਦਿਨਾਂ ਦੇ ਅੰਦਰ ਬਸੰਤ ਦਾ ਜਿਹੜਾ ਤਿਉਹਾਰ ਹੈ ਮੇਲਾ ਹੈ ਉਹ ਵੀ ਮਨਾਇਆ ਜਾਂਦਾ ਹੈ ਲੋਕੀ ਪਤੰਗਾਂ ਉਡਾਉਂਦੇ ਹਨ ਖੁਸ਼ੀਆਂ ਮਨਾਉਂਦੇ ਹਨ ਔਰ ਨਾਲ ਹੀ ਇਸ ਹੋਲੀ ਦੇ ਤਿਉਹਾਰ ਦੇ ਨਾਲ ਜਿਹੜਾ ਹੋਲਿਕਾ ਦਾ ਜਿਹੜਾ ਇੱਕ ਦਿਨ ਹੋਲੀ ਤੋਂ ਪਹਿਲਾਂ ਯਾਨੀ ਕਿ ਇੱਕ ਦਿਨ ਕਿਹਾ ਜਾਂਦਾ ਵੀ ਛੋਟੀ ਹੋਲੀ ਆ ਤੇ ਇੱਕ ਦਿਨ ਰੰਗਾਂ ਦੀ ਹੋਲੀ ਮੇਨ ਹੋਲੀ ਜਿਹੜੀ ਹੈ ਜਿਹੜੀ ਪੂਰਨਮਾਸ਼ੀ ਵਾਲੇ ਦਿਨ ਤੋਂ ਇਹ ਜਿਹੜੀ ਹੋਲੀ ਦਾ ਆਰੰਭ ਹੋ ਜਾਂਦਾ ਜਿੱਥੇ ਇਸ ਹੋਲੀ ਦਾ ਮੌਸਮੀ ਸੱਭਿਆਚਾਰਕ ਸਮਾਜਿਕ ਮਹੱਤਵ ਹੈ ਉੱਥੇ ਨਾਲ ਹੀ ਇਸ ਹੋਲੀ ਨੂੰ ਬੁਰਾਈ ਤੇ ਅਛਾਈ ਦੀ ਜਿੱਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਇਸ ਹੋਲੀ ਨੂੰ ਆਪਸੀ ਸਬੰਧ ਸਦਭਾਵਨਾ ਬਣਾਉਣ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਮਨਾਂ ਦੇ ਵਿੱਚੋਂ ਊਚ ਨੀਚ ਦਾ ਭੇਦ ਖਤਮ ਕਰਕੇ ਗਰੀਬ ਤੇ ਅਮੀਰ ਦੀ ਸਾਂਝ ਸਮਾਜ ਦੇ ਅੰਦਰ ਹਰ ਵਰਗ ਦੀ ਸਾਂਝ ਇੱਕ ਤਰੀਕੇ ਦੇ ਨਾਲ ਪਾਉਣ ਦਾ ਸਾਧਨ ਵੀ ਮੰਨਿਆ ਜਾਂਦਾ ਹੈ। ਕਿਉਂਕਿ ਹਿੰਦੁਸਤਾਨ ਦੇ ਇਹਨਾਂ ਤਿਉਹਾਰਾਂ ਦਾ ਸਬੰਧ ਜਿਹੜਾ ਉਹ ਧਰਮ ਨਾਲ ਵੀ ਜੁੜਦਾ ਤੇ ਇਹ ਜਿਹੜੀ ਹੋਲੀ ਦੀ ਹੈ ਉਸ ਹੋਲਿਕਾ ਦੀ ਯਾਦ ਵੀ ਕੀਤੀ ਜਾਂਦੀ ਹੈ ਜਿਹੜੀ ਹੋਲਿਕਾ ਹਰਨਾਕਸ਼ ਦੀ ਭੈਣ ਸੀ ਜਿਹੜਾ ਅਸੁਰਾਂ ਦਾ ਦੇਵਤਾ ਕਿਹਾ ਜਾਂਦਾ ਔਰ ਸਤਗੁਰੂ ਮਹਾਰਾਜ ਨੇ ਵੀ ਬਾਣੀ ਦੇ ਅੰਦਰ ਪ੍ਰਹਿਲਾਦ ਦੀ ਤੇ ਹਰਨਾਕਸ਼ ਦੀ ਗੱਲ ਕੀਤੀ ਹੈ ਜਸਵੀਰ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਦੱਸਿਆ ਕਿ ਕਿਵੇਂ ਪਰਮਾਤਮਾ ਜਿਹੜਾ ਉਹ ਆਪਣੇ ਭਗਤਾਂ ਦੀ ਪੈਜ ਰੱਖਦਾ ਆਪਣੇ ਪਿਆਰਿਆਂ ਦੀ ਇੱਜ਼ਤ ਬਣਾ ਕੇ ਰੱਖਦਾ ਤੇ ਜਿਹੜਾ ਚੰਗਿਆਈ ਨਾਲ ਜੁੜਦਾ ਜਿਹੜਾ ਧਰਮ ਨਾਲ ਜੁੜਦਾ ਜਿਹੜਾ ਗੁਣਾ ਨਾਲ ਜੁੜਦਾ ਉਸ ਦੀ ਰੱਖਿਆ ਪਰਮਾਤਮਾ ਕਰਦਾ ਹੋਲੀ ਤੋਂ ਇੱਕ ਦਿਨ ਪਹਿਲਾਂ ਹੋਲਿਕਾ ਜਿਹੜੀ ਮਨਾਈ ਜਾਂਦੀ ਹੈ ਹੋਲਿਕਾ ਹਰਨਾਕਸ਼ ਦੀ ਭੈਣ ਸੀ ਜਿਸ ਨੂੰ ਇਹ ਵਾਰਸੀ ਕੀ ਉਹ ਅੱਗ ਦੇ ਅੰਦਰ ਸੜ ਨਹੀਂ ਸਕਦੀ ਹਰਨਾਕਸ਼ ਨੇ ਇੱਕ ਵਾਰ ਲਿਆ ਹੋਇਆ ਸੀ ਵੀ ਨਾ ਹਰਨਾਕਸ਼ ਕਿਸੇ ਬੰਦੇ ਕੋਲੋਂ ਮਰਨ ਸਕਦਾ ਨਾ ਕਿਸੇ ਜਾਨਵਰ ਕੋਲੋਂ ਮਰ ਸਕਦਾ ਨਾ ਦਿਨੇ ਮਰੇਗਾ ਨਾ ਰਾਤੀ ਮਰੇਗਾ ਨਾ ਅੰਦਰ ਮਰੇਗਾ ਨਾ ਬਾਹਰ ਮਰੇਗਾ ਨਾ ਧਰਤੀ ਤੇ ਮਰੇਗਾ ਤੇ ਨਾ ਆਕਾਸ਼ ਵਿੱਚ ਮਰੇਗਾ ਨਾ ਕਿਸੇ ਅਸਤਰ ਨਾਲ ਮਰੇਗਾ ਤੇ ਨਾ ਕਿਸੇ ਸ਼ਸਤਰ ਨਾਲ ਮਰੇਗਾ ਜਿਹੜਾ ਅਸਤਰ ਹੁੰਦਾ ਉਹ ਜਿਵੇਂ ਕੋਈ ਚੀਜ਼ ਦੂਰੋਂ ਮਾਰੀ ਜਾਂਦੀ ਹੈ ਉਹਨੂੰ ਅਸਤਰ ਕਿਹਾ ਜਾਂਦਾ ਜਿਹੜਾ ਹੱਥ ਨਾਲ ਚਲਾਇਆ ਜਾਂਦਾ ਉਹਨੂੰ ਸ਼ਸਤਰ ਕਿਹਾ ਜਾਂਦਾ ਤੇ ਹਰਨਾਕਸ਼ ਨੇ ਤਪ ਕਰਕੇ ਕਹਿੰਦੇ ਵੀ ਇਹ ਆਪਣਾ ਵਰ ਲਿਆ ਹੋਇਆ ਸੀ ਕਿ ਇਹ ਪੰਜਾਂ ਵਿੱਚੋਂ ਜਿਹੜੇ ਕੋਈ ਵੀ ਚੀਜ਼ ਹੈ ਉਸ ਨੂੰ ਮਾਰ ਨਹੀਂ ਸਕੇਗੀ ਨਾ ਉਸ ਨੂੰ ਕੋਈ ਬੰਦਾ ਮਾਰ ਸਕਦਾ ਨਾ ਉਸ ਨੂੰ ਕੋਈ ਜਾਨਵਰ ਮਾਰ ਸਕਦਾ ਨਾ ਉਹ ਦਿਨੇ ਮਾਰ ਸਕਦਾ ਨਾ ਉਹ ਰਾਤ ਮਾਰ ਸਕਦਾ ਨਾ ਉਹ ਕਿਸੇ ਚਾਰਦੀਵਾਰੀ ਦੇ ਅੰਦਰ ਮਾਰ ਸਕਦਾ ਨਾ ਉਹ ਬਾਹਰ ਮਾਰ ਸਕਦਾ ਨਾ ਉਹ ਧਰਤੀ ਤੇ ਮਾਰ ਸਕਦਾ ਨਾ ਉਹ ਆਕਾਸ਼ ਵਿੱਚ ਮਾਰ ਸਕਦਾ ਨਾ ਉਹ ਵਸਤਰ ਨਾਲ ਮਾਰ ਸਕਦਾ ਨਾ ਉਹ ਸ਼ਸਤਰ ਨਾਲ ਮਾਰ ਸਕਦਾ ਉਸ ਨੇ ਸੋਚਿਆ ਵੀ ਹੁਣ ਤਾਂ ਮੈਂ ਮਾਰ ਹੀ ਨਹੀਂ ਸਕਦਾ ਕਿਉਂਕਿ ਮਾਰਨ ਲਈ ਜਾਂ ਜਾਨਵਰ ਹੈ ਤੇ ਜਾਂ ਬੰਦਾ ਹੈ ਮਾਰਨ ਲਈ ਜਾਂ ਦਿਨ ਹੈ ਜਾਂ ਰਾਤ ਹੈ ਜਾਂ ਅੰਦਰ ਹੈ ਜਾਂ ਬਾਹਰ ਹੈ ਜਾਂ ਧਰਤੀ ਹੈ ਜਾਂ ਆਕਾਸ਼ ਹੈ ਜਾਂ ਅਸਤਰ ਹੈ ਜਾਂ ਸ਼ਸਤਰ ਹੈ ਉਸਨੇ ਸੋਚਿਆ ਕਿ ਇਹ ਪੰਜੇ ਤਰੀਕੇ ਜਿਹੜੇ ਨੇ ਮਰਨ ਦੇ ਇਹ ਮੈਂ ਖਤਮ ਕਰ ਲਏ ਨੇ ਇਸ ਕਰਕੇ ਹੁਣ ਮੈਨੂੰ ਕੋਈ ਮਾਰ ਨਹੀਂ ਸਕਦਾ ਜਦੋਂ ਇਹ ਬੰਦਾ ਸਮਝ ਲੈਂਦਾ ਕਿ ਮੈਂ ਅਮਰ ਹੋ ਗਿਆ ਜਿਵੇਂ ਰਾਵਣ ਨੂੰ ਇਹ ਲੱਗਿਆ ਕਿ ਮੈਂ ਅਮਰ ਹੋ ਗਿਆ ਮੈਨੂੰ ਕੋਈ ਮਾਰ ਨਹੀਂ ਸਕਦਾ ਤੇ ਉਹ ਹੰਕਾਰ ਦੇ ਅੰਦਰ ਆ ਕੇ ਸਚਾਈ ਨੂੰ ਭੁੱਲ ਜਾਂਦਾ ਰੱਬ ਨੂੰ ਭੁੱਲ ਜਾਂਦਾ ਉਹ ਆਪਣੇ ਆਪ ਨੂੰ ਹੀ ਰੱਬ ਸਮਝਣ ਲੱਗ ਪੈਂਦਾ ਕਿਉਂਕਿ ਹੋਲੀ ਦਾ ਤਿਉਹਾਰ ਜਿਹੜਾ ਹੈ ਨੇਕੀ ਦੀ ਬਦੀ ਉੱਤੇ ਜਿੱਤ ਦਾ ਪ੍ਰਤੀਕ ਵੀ ਹੈ। ਇਮਾਨਦਾਰੀ ਤੇ दैਵੀ ਗੁਣਾਂ ਦੀ ਜਿੱਤ ਦਾ ਪ੍ਰਤੀਕ ਵੀ ਹੈ। ਪਰਮਾਤਮਾ ਦੀ ਜੜੀ ਹੈ ਆਪਣੇ ਭਗਤਾਂ ਦੀ ਪਰਤਪਾਲਣਾ ਕਰਨ ਦਾ ਵੀ ਪ੍ਰਤੀਕ ਹੈ। ਤੇ ਜਦੋਂ ਹਰਨਾਕਸ਼ ਨੇ ਸਮਝ ਲਿਆ ਵੀ ਮੈਂ ਕਿਸੇ ਵੀ ਤਰੀਕੇ ਨਾਲ ਹੁਣ ਮਰ ਨਹੀਂ ਸਕਦਾ ਤੇ ਉਹ ਜਿਆਦਤੀਆਂ ਤੇ ਉਤਰ ਆਇਆ, ਧੱਕੇਸ਼ਾਹੀ ਤੇ ਉਤਰ ਆਇਆ। ਉਸ ਨੇ ਇਹ ਅਨਾਉਂਸ ਕਰ ਦਿੱਤਾ, ਇਹ ਕਹਿ ਦਿੱਤਾ ਕਿ ਮੈਂ ਹੀ ਰੱਬ ਆ। ਹੁਣ ਸਾਰੇ ਲੋਕ ਰੱਬ ਦੀ ਗੱਲ ਕਰਨੀ ਛੱਡ ਕੇ ਮੇਰੀ ਗੱਲ ਕਰੋ ਮੇਰੀ ਪੂਜਾ ਕਰੋ ਮੈਨੂੰ ਰੱਬ ਮੰਨੋ ਜਿਹੜਾ ਨਹੀਂ ਮੰਨੇਗਾ ਉਹਨੂੰ ਖਤਮ ਕਰ ਦਿਆਂਗਾ ਇਹੋ ਜਿਹੇ ਡਰ ਜਿਹੜਾ ਲੋਕਾਂ ਦੇ ਅੰਦਰ ਪਾ ਦਿੱਤਾ ਤੇ ਲੋਕਾਂ ਨੂੰ ਵੀ ਪਤਾ ਸੀ ਵੀ ਹਰਨਾਕਸ਼ ਜਿਹੜਾ ਇਹ ਮਰਨ ਵਾਲੀ ਚੀਜ਼ ਨਹੀਂ ਹੋਣ ਰਿਹਾ ਪਰ ਕੁਦਰਤ ਦੀ ਕਰਨੀ ਕੁਝ ਹੋਰ ਹੁੰਦੀ ਹੈ ਜਿੱਥੇ ਬਾਰੇ ਲੋਕਾਂ ਨੇ ਹਰਨਾਕਸ਼ ਦਾ ਬੜਾ ਡਰ ਮੰਨਿਆ ਉਸ ਨੂੰ ਰੱਬ ਕਹਿਣਾ ਸ਼ੁਰੂ ਕਰ ਦਿੱਤਾ ਉਥੇ ਹਰਨਾਕਸ਼ ਦਾ ਆਪਣਾ ਪੁੱਤਰ ਜਿਹੜਾ ਪ੍ਰਹਿਲਾਦ ਸੀ ਬੜੀ ਛੋਟੀ ਉਮਰ ਦਾ ਉਸ ਨੇ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਵੀ ਹਰਨਾਕਸ਼ ਜਿਹੜਾ ਉਹਕ ਰੱਬ ਹੈ ਹਰਨਾਕਸ਼ ਹੀ ਪਰਮਾਤਮਾ ਹੈ ਹਰਨਾਕਸ਼ ਦਾ ਨਾਮ ਲੈਣ ਦੀ ਬਜਾਏ ਉਹ ਕਹਿੰਦੇ ਨੇ ਵੀ ਉਹ ਵਿਸ਼ਨੂੰ ਦਾ ਉਪਾਸਕ ਸੀ ਉਸ ਨੂੰ ਆਪਣਾ ਪਰਮਾਤਮਾ ਸਮਝਦਾ ਸੀ ਤੇ ਇਹ ਮੰਨਦਾ ਸੀ ਕਿ ਪਰਮਾਤਮਾ ਜਿਹੜਾ ਉਹ ਸਾਰੇ ਜਗਤ ਦਾ ਸਿਰਜਣਹਾਰ ਹੈ ਇਹ ਸਾਰਾ ਕੁਝ ਕੁਦਰਤ ਉਸ ਪਰਮਾਤਮਾ ਦੀ ਪੈਦਾ ਕੀਤੀ ਹੋਈ ਹੈ ਮੇਰੇ ਬਾਪ ਦੀ ਪੈਦਾ ਕੀਤੀ ਨਹੀਂ ਤੇ ਮੈਂ ਉਸੇ ਨੂੰ ਰੱਬ ਮੰਨਾਂਗਾ ਜਿੰਨੇ ਸਾਰੀ ਕੁਦਰਤ ਬਣਾਈ ਹੈ ਜਿੰਨੇ ਸਾਰੀ ਦੁਨੀਆ ਬਣਾਈ ਹੈ ਜਿਸ ਨੇ ਪਾਉਣ ਪਾਣੀ ਬਸੰਤਰ ਬਣਾਏ ਨੇ ਇਸ ਕਰਕੇ ਉਹਨੇ ਆਪਣੇ ਬਾਪ ਦਾ ਜਿਹੜਾ ਕਹਿਣਾ ਉਹ ਮੰਨਣ ਤੋਂ ਇਨਕਾਰ ਕਰ ਦਿੱਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਔਰ ਭਗਤਾ ਨੇ ਬਾਣੀ ਦੇ ਅੰਦਰ ਇਸ ਗੱਲ ਦਾ ਜ਼ਿਕਰ ਕੀਤਾ ਭਗਤ ਕਬੀਰ ਜੀ ਦਾ ਜਿਹੜਾ ਪਾਵਨ ਸ਼ਬਦ ਹੈ ਉਸ ਵਿੱਚ ਭਗਤ ਕਬੀਰ ਜੀ ਖੁੱਲ ਕੇ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਕਿਵੇਂ ਹਰਨਾਕਸ਼ ਨੇ ਪ੍ਰਹਲਾਦ ਦਾ ਮਨ ਬਦਲਣ ਵਾਸਤੇ ਸੰਡਾ ਤੇ ਮਰਕਾ ਉਹਦੇ ਦੋ ਅਧਿਆਪਕ ਨਿਯੁਕਤ ਕੀਤੇ ਤੇ ਆਖਿਆ ਵੀ ਤੁਸੀਂ ਇਸ ਨੂੰ ਪ੍ਰਹਲਾਦ ਨੂੰ ਮੇਰਾ ਨਾਮ ਪੜ੍ਹਾਓ ਮੇਰੀ ਵਡਿਆਈ ਦੱਸੋ ਤੇ ਕਹੋ ਕਿ ਮੇਰਾ ਨਾਮ ਪੜ੍ਹੇ ਮੇਰੀ ਵਡਿਆਈ ਕਰੇ ਇਸ ਦੇ ਦਿਮਾਗ ਦੇ ਅੰਦਰ ਇੱਕ ਗੱਲ ਬਿਠਾ ਲਓ ਕਿ ਤੇਰਾ ਬਾਪ ਹਰਨਾਕਸ਼ੀ ਪ੍ਰਮਾਤਮਾ ਹਰਨਾਕਸ਼ੀ ਰੱਬ ਹੈ ਭਗਤ ਕਬੀਰ ਜੀ ਕਹਿੰਦੇ ਪ੍ਰਹਿਲਾਦ ਪਠਾਏ ਪੜਨਸਾਲ ਪ੍ਰਹਿਲਾਦ ਨੂੰ ਪੜਨਸ਼ਾਲਾ ਭੇਜਿਆ ਗਿਆ ਪ੍ਰਹਿਲਾਦ ਵਾਸੈਂਟ ਟੂ ਸਕੂਲ ਸੰਗ ਸਖਾ ਬਵਲੀਏ ਬਾਲ ਉਹਨੇ ਆਪਣੇ ਨਾਲ ਹੋਰ ਵੀ ਕਈ ਬੱਚੇ ਲੈ ਲਏ ਹੀ ਟੁਕ ਮੈਨੀ ਆਫ ਫਰੈਂਡਸ ਹੀਸ ਫਰੈਂਡਸ ਵਿਦ ਹਿਮ ਜਦੋਂ ਹੋਰ ਬੱਚੇ ਵੀ ਨਾਲ ਲੈ ਲਏ ਤੇ ਜਿਹੜਾ ਸੰਡਾ ਮਰਕਾ ਸੀ ਉਹਨਾਂ ਨੇ ਆਖਿਆ ਬਈ ਤੂੰ ਰੱਬ ਦਾ ਨਾਮ ਛੱਡ ਕੇ ਪ੍ਰਹਿਲਾਦ ਦਾ ਨਾਮ ਜਪਣਾ ਸ਼ੁਰੂ ਕਰ ਤੇ ਭਗਤ ਪ੍ਰਹਿਲਾਦ ਜੀ ਨੇ ਕੀ ਕੀਤਾ ਭਗਤ ਪ੍ਰਹਿਲਾਦ ਜੀ ਕਹਿੰਦੇ ਮੋਕੋ ਕਹਾ ਪੜਾਵਸ ਆਲ ਜਾਲ ਮੇਰੀ ਪਟੀਆਂ ਲਿਖ ਦਿਓ ਸ੍ਰੀ ਗੋਪਾਲ ਪ੍ਰਹਿਲਾਦ ਕਹਿੰਦਾ ਬਈ ਮੈਨੂੰ ਅਲੂਲ ਜਲੂਲ ਕਿਉਂ ਪੜਾਉਣਾ ਮੈਨੂੰ ਇਧਰ ਨਹੀਂ ਆ ਇਧਰ ਲੀਆਂ ਗੱਲਾਂ ਕਰਕੇ ਕਿਉਂ ਸੁਣਾਉਣਾ ਵਾਈਡੂ ਯੂ ਟੀਚ ਮੀ ਐਨੀ ਅਦਰ ਥਿੰਗਸ ਆਈ ਐਮ ਨਾਟ ਇੰਟਰਸਟਿਡ ਇਨ ਵਰਲਡੀ ਥਿੰਗਸ ਮੈਂ ਇਸ ਦੁਨਿਆਵੀ ਗੱਲਾਂ ਦੇ ਨਾਲ ਇਸ ਦਾ ਮੇਰਾ ਕੋਈ ਸਰਕਾਰ ਨਹੀਂ ਹੈ ਮੋਕੋ ਕਹਾ ਪੜਾਵਸ ਆਲ ਜਾਲ ਮੇਰੀ ਪੱਟੀਆਂ ਲਿਖ ਦਿਓ ਸ੍ਰੀ ਗੋਪਾਲ ਮੇਰੇ ਮਨ ਦੇ ਅੰਦਰ ਤਾਂ ਸਿਰਫ ਰੱਬ ਦਾ ਨਾਮ ਲਿਖਿਆ ਤੇ ਮੇਰੀ ਪੱਟੀ ਉੱਤੇ ਵੀ ਸਿਰਫ ਰੱਬ ਦਾ ਨਾਮ ਹੀ ਲਿਖੋ ਮੈਂ ਸਿਰਫ ਰੱਬ ਦਾ ਨਾਮ ਹੀ ਪੜਨਾ ਆਈ ਵਿਲ ਨਾਟ ਸੇਕ ਫੋਰਸੇਕਲੀ ਨੇਮ ਆਫ ਗੋਡ ਮੈਂ ਰੱਬ ਦਾ ਨਾਮ ਨਹੀਂ ਛੱਡ ਸਕਦਾ ਨਹੀਂ ਛੱਡੂੰ ਰੇ ਬਾਬਾ RAM ਨਾਮ ਮੇਰੋ ਔਰ ਪੜਨ ਸਿਓ ਨਹੀਂ ਕਾਮ ਮੈਂ ਰੱਬ ਦਾ ਨਾਮ ਨਹੀਂ ਛੱਡ ਸਕਦਾ ਰੱਬ ਦੇ ਨਾਮ ਤੋਂ ਬਿਨਾ ਮੈਂ ਹੋਰ ਕੋਈ ਵੀ ਚੀਜ਼ ਤੁਹਾਡੇ ਕੋਲੋਂ ਸੁਣਨ ਵਾਸਤੇ ਸਿੱਖਣ ਵਾਸਤੇ ਸਮਝਣ ਵਾਸਤੇ ਤਿਆਰ ਨਹੀਂ ਆ ਇਸ ਕਰਕੇ ਮੈਨੂੰ ਇਹ ਬਾਰ-ਬਾਰ ਕਿਸੇ ਹੋਰ ਚੀਜ਼ ਬਾਰੇ ਨਾ ਦੱਸੋ ਮੈਨੂੰ ਮੇਰੇ ਹਰਨਾਕਸ਼ ਪਿਤਾ ਦੀਆਂ ਵਡਿਆਈਆਂ ਨਾ ਦੱਸੋ ਮੈਨੂੰ ਸਿਰਬ ਰੱਬ ਦਾ ਨਾਮ ਪੜਾਓ ਮੈਂ ਰੱਬ ਦਾ ਨਾਮ ਹੀ ਪੜ ਸਕਦਾ ਹਾਂ ਹੋਰ ਕੁਝ ਨਹੀਂ ਪੜ ਸਕਦਾ ਸੰਡੇ ਮਰ ਕੇ ਕਹੋ ਜਾਏ ਪ੍ਰਹਿਲਾਦ ਬੁਲਾਏ ਬੇਗਤਾਏ ਜਦੋਂ ਸੰਡੇ ਮਰ ਕੇ ਨੂੰ ਇਹ ਪਤਾ ਲੱਗਿਆ ਉਹ ਜਿਹੜੇ ਪੜ੍ਹਾਣ ਦੀ ਜਿੰਨਾਂ ਦੀ ਡਿਊਟੀ ਲੱਗੀ ਹੋਈ ਸੀ ਤੇ ਉਹਨਾਂ ਨੇ ਜਾ ਕਰਕੇ ਫਿਰ ਹਰਨਾਕਸ਼ ਨੂੰ ਕਿਹਾ ਵੇਹੀ ਹਰਨਾਕਸ਼ ਤੇਰਾ ਪੁੱਤਰ ਤਾਂ ਜਿਹੜਾ ਹੋਰ ਕੁਝ ਪੜਦਾ ਨਹੀਂ ਐ ਸੰਡਾ ਮਰਕਾ ਕਹੋ ਜਾਏ ਕਹੋ ਜਾਏ ਤੂੰ ਭਾਵ ਜਾ ਕੇ ਹਰਨਾਕਸ਼ ਨੂੰ ਜਾ ਕੇ ਗੱਲ ਕਹੀ ਪ੍ਰਹਿਲਾਦ ਬੁਲਾਏ ਬੇਗਤਾਏ ਤੇ ਹਰਨਾਕਸ਼ ਕਹਿੰਦਾ ਇਸੇ ਵੇਲੇ ਪ੍ਰਹਿਲਾਦ ਨੂੰ ਮੇਰੇ ਕੋਲ ਲੈ ਕੇ ਆਓ ਉਹਦਾ ਖਿਆਲ ਐ ਸੀ ਵੀ ਮੈਂ ਦਬਕੇ ਮਾਰਾਂਗਾ ਉਹਨੂੰ ਡਰਾਵਾਂਗਾ ਤੇ ਪ੍ਰਹਿਲਾਦ ਜਿਹੜਾ ਉਹ ਮੇਰੇ ਡਰ ਨਾਲ ਮੇਰੀ ਗੱਲ ਮੰਨ ਲਏਗਾ ਭਗਤ ਕਬੀਰ ਜੀ ਕਹਿੰਦੇ ਨੇ ਸੰਡਾ ਮਰਕਾ ਕਹੋ ਜਾਏ ਪ੍ਰਹਿਲਾਦ ਬੁਲਾਏ ਬੇਗਤਾਏ ਤੇ ਜਦੋਂ ਪ੍ਰਹਿਲਾਦ ਨੂੰ ਪਕੜ ਕਰਕੇ ਲਿਆਂਦਾ ਗਿਆ ਤੇ ਪ੍ਰਹਿਲਾਦ ਨੂੰ ਕਹਿੰਦਾ ਰਨਾਕਸ਼ ਤੂੰ ਰਾਮ ਕਹਿਨ ਕੀ ਛੋੜ ਬਾਣ ਤੂ ਜੇ ਤੁਰਤ ਛਡਾਉ ਮੇਰੋ ਕਯੋ ਮਾਨ ਤੂੰ ਮੇਰੇ ਗੱਲ ਮੰਨ ਲੈ ਮੇਰਾ ਹੁਕਮ ਮੰਨ ਲੈ ਤੈਨੂੰ ਮੈਂ ਇਸੇ ਵੇਲੇ ਛੱਡ ਸਕਦਾ ਤੂੰ ਰਾਮ ਕਹਿਨ ਕੀ ਛੋੜ ਬਾਣੇ ਰਾਮ ਰਾਮ ਕਰਨਾ ਰੱਬ ਰੱਬ ਕਰਨਾ ਇਹ ਛੱਡ ਦੇ ਤੂ ਜੇ ਤੁਰਤ ਛਡਾਉ ਮੇਰੋ ਕਯੋ ਮਾਂ ਆਈ ਸ਼ੈਲ ਰੀਲੀਜ਼ ਯੂ ਐਟ ਵਾਂਸ ਯੂ obey my words ਤੂੰ ਮੇਰਾ ਹੁਕਮ ਮੰਨ ਮੈਂ ਤੈਨੂੰ ਹੁਣੇ ਛੱਡ ਦਿਆਂਗਾ ਤੇ ਅੱਗੋਂ ਪ੍ਰਹਲਾਦ ਪਤਾ ਕੀ ਕਹਿੰਦਾ ਪ੍ਰਹਲਾਦ ਕਹਿੰਦਾ ਮੋਕੋ ਕਹਾਂ ਸਤਾਵੋ ਬਾਰ ਬਾਰ ਪ੍ਰਭ ਜਲ ਥਲ ਗਿਰ ਕੀਏ ਪਹਾੜ ਮੈਨੂੰ ਕਿਉਂ ਬਾਰ-ਬਾਰ ਪਰੇਸ਼ਾਨ ਕਰਦੇ ਹੋ ਜਦ ਮੈਂ ਇੱਕ ਵਾਰੀ ਇਹ ਗੱਲ ਕਹਿ ਚੁੱਕਾ ਕਿ ਰੱਬ ਹੀ ਰੱਬ ਹੈ ਮੇਰਾ ਪਿਤਾ ਰੱਬ ਨਹੀਂ ਹੈ ਪ੍ਰਹਲਾਦ ਸੈਡ ਵਾਈ ਡੂ ਯੂ ਐਨੋਏਮੀ ਓਵਰ ਐਂਡ ਓਵਰ ਅਗੇਨ ਤੁਸੀਂ ਮੈਨੂੰ ਕਿਉਂ ਬਾਰ-ਬਾਰ ਪਰੇਸ਼ਾਨ ਕਰਦੇ ਹੋ ਮੈਂ ਇੱਕ ਵਾਰ ਨਹੀਂ ਕਈ ਵਾਰ ਇਹ ਗੱਲ ਕਹਿ ਚੁੱਕਾ ਮੋਕੋ ਕਹਾਂ ਸਤਾਵੋ ਬਾਰ-ਬਾਰ ਮੈਨੂੰ ਕਿਉਂ ਬਾਰ-ਬਾਰ ਇਸ ਗੱਲੋਂ ਪਰੇਸ਼ਾਨ ਕਰਦੇ ਹੋ ਪ੍ਰਭ ਜਲ ਥਲ ਗਿਰ ਕੀਏ ਪਹਾੜ ਪ੍ਰਭੂ ਨੇ ਇਹ ਜਲ ਇਹ ਥਲ ਇਹ ਪਹਾੜ ਇਹ ਪਰਬਤ ਆਦਿਕ ਪੈਦਾ ਕੀਤੇ ਨੇ ਇਹ ਹਰਨਾਕਸ਼ ਨੇ ਨਹੀਂ ਪੈਦਾ ਕੀਤੇ ਇਹ ਉਸ ਪ੍ਰਮਾਤਮਾ ਨੇ ਪੈਦਾ ਕੀਤੇ ਨੇ ਤੇ ਮੈਂ ਉਸੇ ਸ਼ਕਤੀ ਨੂੰ ਹੀ ਪ੍ਰਮਾਤਮਾ ਮੰਨਦਾ ਜਿਹੜੀ ਸ਼ਕਤੀ ਨੇ ਪੈਦਾ ਕੀਤੇ ਨੇ ਫੇਰ ਭਗਤ ਕਬੀਰ ਜੀ ਕਹਿੰਦੇ ਨੇ ਇਕ ਰਾਮ ਨਾ ਛੋਡਾਂ ਗੁਰੇਗਾਰ ਮੋਕੋ ਘਾਲਜਾਰ ਭਾਵੇਂ ਮਾਰ ੜਾਰ ਭਗਤ ਪ੍ਰਹਿਲਾਦ ਨੇ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਕਿ ਮੈਂ ਰੱਬ ਦਾ ਨਾਮ ਨਹੀਂ ਛੱਡ ਸਕਦਾ ਇੱਕ ਰੱਬ ਦੀ ਗੱਲ ਕਰਨੀ ਮੈਂ ਨਹੀਂ ਛੱਡ ਸਕਦਾ ਆਈ ਸ਼ਲ ਨਾਟ ਫਾਰਸੇਕ ਦੀ ਗੋਡ ਇਫ ਯੂ ਮਾਈਟ ਐਜ਼ ਵੈਲ ਥਰੋ ਮੀ ਇਨਟੂ ਦਾ ਫਾਇਰ ਐਂਡ ਕਿਲ ਮੀ ਮੈਨੂੰ ਭਾਵੇਂ ਅੱਗ ਵਿੱਚ ਸਾੜ ਦਿਓ ਮੈਨੂੰ ਭਾਵੇਂ ਦਰਿਆ ਵਿੱਚ ਡੋਪ ਦਿਓ ਜੋ ਮਰਜੀ ਕਰ ਲਓ ਤੁਸੀਂ ਇੱਕ RAM ਨਾ ਛੋਡੋ ਗੁਰਗਾਰ ਕਿਉਂਕਿ ਜੇ ਮੈਂ ਰੱਬ ਦਾ ਨਾਮ ਛੱਡ ਦਿਆਂ ਤੇ ਪ੍ਰਮਾਤਮਾ ਦੀ ਤੋਹੀਨ ਕਰਨ ਦੇ ਬਰਾਬਰ ਹੈ ਮੇਰੇ ਇਸ਼ਟ ਦੀ ਬੇਇੱਜ਼ਤੀ ਦੇ ਬਰਾਬਰ ਹੈ ਮੋਕੋ ਕਾਲ ਯਾਰ ਭਾਵੇਂ ਮਾਰ ਡਾਰ ਭਾਵੇਂ ਤੂੰ ਮੈਨੂੰ ਅੱਗ ਵਿੱਚ ਸਾੜ ਦੇ ਭਾਵੇਂ ਤੂੰ ਮੈਨੂੰ ਪਾਣੀ ਵਿੱਚ ਸੁੱਟ ਦੇ ਪਰ ਮੈਂ ਰੱਬ ਦਾ ਨਾਮ ਲੈਣਾ ਨਹੀਂ ਛੱਡ ਸਕਦਾ ਜਦੋਂ ਇਹ ਗੱਲ ਪ੍ਰਹਲਾਦ ਦੇ ਮੁੱਖੋਂ ਸੁਣੀ ਜਦੋਂ ਪ੍ਰਹਲਾਦ ਨੇ ਬਿਲਕੁਲ ਸਪਸ਼ਟ ਤੌਰ ਤੇ ਉਹ ਤੇ ਇਨਕਾਰ ਕਰ ਦਿੱਤਾ ਤੇ ਹਰਨਾਕਸ਼ ਨੂੰ ਬੜਾ ਗੁੱਸਾ ਆਇਆ ਹਰਨਾਕਸ਼ ਨੇ ਬੜਾ ਕਰੋਧ ਕੀਤਾ ਕਾੜ ਖੜਗ ਕੋਪਿਓ ਰਸਾਏ ਤੇ ਪ੍ਰਹਲਾਦ ਨੂੰ ਮਾਰਨ ਵਾਸਤੇ ਹਰਨਾਕਸ਼ ਨੇ ਡਰਾ ਹੋਇ ਸਵਾਰਡ ਸ਼ੋ ਮੀ ਯੂਅਰ ਪ੍ਰੋਟੈਕਟਰ ਕਹਿਣ ਲੱਗਾ ਲੈ ਬਈ ਤੂੰ ਹੁਣ ਦੱਸ ਤੈਨੂੰ ਕੌਣ ਬਚਾਣ ਵਾਲਾ ਹਰਨਾਕਸ਼ ਨੇ ਆਪਣੀ ਮਿਆਨ ਵਿੱਚੋਂ ਤਲਵਾਰ ਕੱਢ ਲਈ ਤੇ ਪ੍ਰਹਿਲਾਦ ਨੂੰ ਮਾਰਨ ਵਾਸਤੇ ਕਹਿਣ ਲੱਗਾ ਵੀ ਹੁਣ ਤੂੰ ਦੱਸ ਤੈਨੂੰ ਕੌਣ ਬਚਾਏਗਾ ਉਹਨੇ ਪਹਿਲਾਂ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ ਸੀ ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਹਰ ਦੀ ਆ ਤਾਲਾ ਨਿਰਪਉ ਬਾਲਕ ਮੂਰ ਨਾਲ ਡਰ ਰਹੀ ਮੇਰੇ ਅੰਦਰ ਗੁਰਗੋਪਾਲਾ ਟਾਰਚਰ ਉਹਨੇ ਪਹਿਲਾਂ ਵੀ ਪ੍ਰਹਿਲਾਦ ਨੇ ਹਰਨਾਕਸ਼ ਨੇ ਪ੍ਰਹਿਲਾਦ ਨੂੰ ਬੜਾ ਕੀਤਾ ਸੀ ਪਰ ਪਰ ਖਲਾਦ ਪਹਿਲਾਂ ਵੀ ਨਹੀਂ ਡਰਿਆ ਤੇ ਹੁਣ ਤਾਂ ਬਿਲਕੁਲ ਸਪਸ਼ਟ ਤੌਰ ਦੇ ਉੱਤੇ ਹਰਨਾਕਸ਼ ਨੇ ਤਲਵਾਰ ਹੀ ਕੱਢ ਲਈ ਤੇ ਕਹਿਣ ਲੱਗਾ ਵੀ ਮੈਂ ਹੁਣ ਤੇਰਾ ਸਿਰ ਹੀ ਲਾ ਦੇਣਾ ਹੁਣ ਮੈਂ ਆਪ ਹੀ ਤੇਰਾ ਸਿਰ ਲਾ ਦੇਣਾ ਤੇ ਹੁਣ ਤੂੰ ਯਾਦ ਕਰ ਲੈ ਆਪਣੇ ਰੱਬ ਨੂੰ ਜਿਹੜਾ ਤੈਨੂੰ ਬਚਾਣ ਵਾਲਾ ਆ ਸਕਦਾ ਕਾੜ ਖਡਗ ਕੋ ਪਿਓ ਰਸਾਏ ਤੁਝ ਰਾਖਣ ਹਾਰੋ 모ਹੇ ਬਤਾਏ ਤੇ ਭਗਤ ਕਬੀਰ ਜੀ ਅੱਗੇ ਕਹਿੰਦੇ ਨੇ ਪ੍ਰਭ ਥੰਬ ਤੇ ਨਿਕਸੈ ਕੈ ਵਿਸਥਾਰ ਹਰ ਨਾਖ ਖਸ਼ਸ਼ੇਦਿਓ ਨਖਬੇਦਾਰ ਹੁਣ ਭਗਤ ਦੀ ਪੈਰ ਤਾਂ ਰੱਬ ਨੇ ਰੱਖਣੀ ਸੀ ਜਿਹੜਾ ਬੰਦਾ ਸਚਾਈ ਤੇ ਖੜਾ ਆ ਉਹਦੇ ਪਿੱਛੇ ਰੱਬੀ ਤਾਕਤ ਹੁੰਦੀ ਹੈ ਉਹ ਨਿਰਭਾਉ ਹੁੰਦਾ ਉਹਨੂੰ ਰੱਬ ਦੇ ਉੱਤੇ ਚੰਗਿਆਈ ਦੇ ਉੱਤੇ ਭਰੋਸਾ ਹੁੰਦਾ ਅੱਜ ਇਸ ਪੱਖੋਂ ਸਾਡੇ ਮਨਾਂ ਦੇ ਅੰਦਰ ਸਦਕ ਨਹੀਂ ਹੈ ਵਿਸ਼ਵਾਸ ਨਹੀਂ ਹੈ ਅਸੀਂ ਆਪਣੇ ਥੋੜੇ ਜਿਹੇ ਫਾਇਦੇ ਪਿੱਛੇ ਸਭ ਕੁਝ ਨਜਾਇਜ਼ ਕਰਨ ਵਾਸਤੇ ਤਿਆਰ ਹੋ ਜਾਂਦੇ ਆ ਕਹਿਣ ਨੂੰ ਅਸੀਂ ਕਹਿੰਦੇ ਵੀ ਚੰਗਿਆਈ ਦੀ ਬੁਰਾਈ ਦੇ ਉੱਤੇ ਜਿੱਤ ਹੈ ਪਰ ਹਮੇਸ਼ਾ ਅਸੀਂ ਚੰਗਿਆਈ ਦੇ ਉੱਤੇ ਪੈਰਾਂ ਨਹੀਂ ਦਿੰਦੇ ਕਿਉਂਕਿ ਸਾਨੂੰ ਵਿਸ਼ਵਾਸ ਨਹੀਂ ਹੁੰਦਾ ਰੱਬ ਦੇ ਉੱਤੇ ਤੇ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਗੁਰੂ ਮਹਾਰਾਜ ਕਹਿੰਦੇ ਨੇ ਪਰਮਾਤਮਾ ਹਰ ਯੁਗ ਦੇ ਅੰਦਰ ਆਪਣੇ ਭਗਤ ਦੀ ਪੈਜ ਰੱਖਦਾ ਆਪਣੇ ਭਗਤ ਦੀ ਇੱਜ਼ਤ ਰੱਖਦਾ ਜੇ ਭਗਤ ਨਾਮਦੇਵ ਨੂੰ ਮਰੀ ਹੋਈ ਗਾਂ ਜਿੰਦਾ ਕਰਨ ਵਾਸਤੇ ਕਿਹਾ ਆਖਿਆ ਵੀ ਮਰੀ ਹੋਈ ਗਾਂ ਜਿੰਦਾ ਕਰ ਨਹੀਂ ਤਾਂ ਹੁਣੇ ਹੀ ਤੈਨੂੰ ਖਤਮ ਕਰ ਦੇਣਾ ਤੇ ਪ੍ਰਮਾਤਮਾ ਨੇ ਭਗਤ ਨਾਮਦੇਵ ਦੀ ਆ ਕੇ ਪੈਜ ਰੱਖੀ ਮਰੀ ਹੋਈ ਗਾਂ ਦਾ ਬਾਲਟੀ ਭਰ ਕੇ ਦੁੱਧ ਚੋਲਿਆ ਗਿਆ ਭਗਤ ਕਬੀਰ ਨੂੰ ਸੰਗਲਾਂ ਬਨ ਕੇ ਸੰਗਲਾਂ ਨਾਲ ਬਨ ਕੇ ਗੰਗਾ ਵੇੜ ਸੁੱਟ ਦਿੱਤਾ ਗਿਆ ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਂਦ ਕਰ ਖਰੇ ਕਬੀਰ ਭਗਤ ਕਬੀਰ ਨੂੰ ਸੰਗਲਾਂ ਨਾਲ ਬੰਨ੍ਹ ਕੇ ਗੰਗਾ ਵੇੜ ਸੁੱਟ ਦਿੱਤਾ ਗਿਆ। ਵੀ ਭਗਤ ਕਬੀਰ ਜੀ ਨੂੰ ਡੋਬ ਕੇ ਹੀ ਮਾਰ ਦਈਏ ਕਿਉਂਕਿ ਜਿਹੜਾ ਬੰਦਾ ਸੱਚਾਈ ਦੇ ਉੱਤੇ ਚੱਲਦਾ ਉਹਦੇ ਬੜੇ ਦੁਸ਼ਮਣ ਨੇ। ਬੇਈਮਾਨ ਬੰਦਾ ਕਦੀ ਨਹੀਂ ਚਾਹੁੰਦਾ ਕੋਈ ਬੰਦਾ ਸੱਚ ਦੀ ਗੱਲ ਕਰੇ। ਕੋਈ ਧਰਮ ਦੀ ਗੱਲ ਕਰੇ, ਕੋਈ ਨੇਕੀ ਦੀ ਗੱਲ ਕਰੇ ਉਹਨੂੰ ਹਮੇਸ਼ਾ ਹੀ ਖਤਮ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਕਰਕੇ ਸ਼ਹੀਦ ਕਰ ਦਿੱਤਾ ਗਿਆ। ਭਗਤ ਕਬੀਰ ਜੀ ਨੂੰ ਪਾਣੀ ਦੇ ਅੰਦਰ ਛੁੱਟਿਆ ਗਿਆ ਗੰਗਾ ਦੇ ਅੰਦਰ ਭਗਤ ਕਬੀਰ ਜੀ ਆਪ ਲਿਖਦੇ ਜੰਜੀਰ ਬਾਂਦ ਕਰ ਖਰੇ ਕਬੀਰ ਜੰਗਲਾਂ ਨਾਲ ਬੰਨ ਕੇ ਭਗਤ ਕਬੀਰ ਜੀ ਨੂੰ ਲੈ ਗਏ ਤੇ ਭਗਤ ਕਬੀਰ ਜੀ ਕਹਿੰਦੇ ਨੇ ਕਿ ਗੰਗਾ ਕੀ ਲਹਿਰ ਮੇਲੀ ਟੁੱਟੀ ਜੰਜੀਰ ਮਿਰਗ ਸ਼ਾਲਾ ਪਰ ਬੈਠੇ ਕਬੀਰ ਭਗਤ ਕਬੀਰ ਨੂੰ ਜਦੋਂ ਪਾਣੀ ਦੇ ਅੰਦਰ ਛੁੱਟਿਆ ਗਿਆ ਤੇ ਜਿਹੜੀਆਂ ਸੰਗਲਾਂ ਨਾਲ ਭਗਤ ਕਬੀਰ ਜੀ ਨੂੰ ਬੰਨਿਆ ਗਿਆ ਸੀ ਉਹ ਟੁੱਟ ਗਈਆਂ ਤੇ ਭਗਤ ਕਬੀਰ ਜੀ ਪਾਣੀ ਦੇ ਉੱਤੇ ਗੰਗਾ ਦੀਆਂ ਲਹਿਰਾਂ ਦੇ ਉੱਤੇ ਇਦਾਂ ਚੌਂਕੜਾ ਮਾਰ ਕੇ ਬੈਠ ਕੇ ਜਿਵੇਂ ਕੋਈ ਜ਼ਮੀਨ ਦੇ ਉੱਤੇ ਬੈਠਾ ਹੁੰਦਾ ਕਿਉਂਕਿ ਭਗਤ ਕਬੀਰ ਨੂੰ ਇਹ ਬਲ ਭਗਤ ਕਬੀਰ ਨੂੰ ਇਹ ਨਿਰਬੈਤਾ ਪ੍ਰਮਾਤਮਾ ਨੇ ਦਿੱਤੀ ਹੈ ਉਹਨ ਭਗਤ ਕਬੀਰ ਜੀ ਹੀ ਫਿਰ ਹਰਨਾਕਸ਼ ਤੇ ਪ੍ਰਹਿਲਾਦ ਦੀ ਗੱਲ ਵੀ ਕਰਦੇ ਨੇ ਵੀ ਪ੍ਰਹਿਲਾਦ ਨੂੰ ਵੀ ਹਰਨਾਕਸ਼ ਨੇ ਬੜੇ ਤਸੀਹੇ ਦਿੱਤੇ ਬੜੀਆਂ ਕੋਸ਼ੀਆਂ ਕੀਤੀਆਂ ਵੀ ਪ੍ਰਹਿਲਾਦ ਨੂੰ ਮਾਰਿਆ ਜਾਏ ਆ ਜਿਹੜਾ ਹੋਲੀ ਦਾ ਤਿਉਹਾਰ ਹੈ ਇਹਦੇ ਵਿੱਚ ਵੀ ਇਹ ਕਿਹਾ ਜਾਂਦਾ ਵੀ ਜਿਹੜੀ ਹਰਨਾਕਸ਼ ਦੀ ਭੈਣ ਸੀ ਉਹ ਪ੍ਰਹਿਲਾਦ ਨੂੰ ਆਪਣੀ ਝੋਲੀ ਵਿੱਚ ਲੈ ਕੇ ਬਹਿ ਗਈ ਤੇ ਉਹ ਬਸਤਰ ਪਾ ਲਿਆ ਚੋਲਾ ਪਾ ਲਿਆ ਜਿੰਨੂੰ ਅੱਗ ਕੁਛ ਕਹਿ ਨਹੀਂ ਸਕਦੀ ਪਰ ਰੱਬ ਦੀ ਪਰਮਾਤਮਾ ਦੀ ਜਿਹੜੀ ਸ਼ਕਤੀ ਹੈ ਉਸ ਦੇ ਅੱਗੇ ਬੰਦੇ ਦੇ ਸਾਰੇ ਯਤਨ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਆਖਿਆ ਵੀ ਮਾਰਨ ਵਾਲਾ ਤੇ ਰੱਬ ਹੈ ਬਚਾਉਣ ਵਾਲਾ ਵੀ ਰੱਬ ਹੈ ਮਾਰੈ ਰੱਖੈ ਏਕੋ ਆਪ ਮਨੁੱਖ ਕਾ ਕਿਛ ਨਾਹੀ ਹਾਥ ਬੰਦੇ ਦੇ ਹੱਥ ਵਿੱਚ ਕੁਛ ਨਹੀਂ ਹੈ ਹਵਾ ਐਸੀ ਚੱਲੀ ਕਿ ਜਿਹੜੀ ਚੋਲਾ ਪਾਇਆ ਹੋਇਆ ਸੀ ਹੋਲਿਕਾ ਨੇ ਉਹ ਪ੍ਰਹਿਲਾਦ ਦੇ ਉੱਤੇ ਆ ਗਿਆ ਤੇ ਹੋਲਿਕਾ ਸੜ ਕੇ ਮਰ ਗਈ ਪ੍ਰਹਲਾਦ ਫਿਰ ਸੁਰਖਰੂ ਹੋ ਗਿਆ ਇਸ ਯਾਦ ਦੇ ਅੰਦਰ ਇਸ ਦਿਨ ਹੋਲੀ ਵਾਲੇ ਦਿਨ ਹੋਲਿਕਾ ਦਹਨ ਕੀਤਾ ਜਾਂਦਾ ਵੀ ਉਸ ਪ੍ਰਹਲਾਦ ਦੀ ਰੱਬ ਨੇ ਰੱਖਿਆ ਕੀਤੀ ਬੜੀ ਵਾਰ ਤੇ ਭਗਤ ਕਬੀਰ ਜੀ ਕਹਿੰਦੇ ਨੇ ਜਦੋਂ ਅਖੀਰਲਾ ਸਮਾਂ ਆ ਗਿਆ ਹੁਣ ਹਰਨਾਕਸ਼ ਨੇ ਸਮਝਿਆ ਸੀ ਵੀ ਮੈਂ ਤਾਂ ਮਰ ਨਹੀਂ ਸਕਦਾ ਤੇ ਤਲਵਾਰ ਕੱਢ ਕੇ ਉਸ ਨੇ ਪ੍ਰਹਲਾਦ ਨੂੰ ਆਖਿਆ ਵੀ ਤੂੰ ਦੱਸ ਹੁਣ ਤੈਨੂੰ ਕੌਣ ਬਚਾਉਣ ਵਾਸਤੇ ਆਇਆ ਪਾਗ ਤਕਬੀਰ ਜੀ ਕਹਿੰਦੇ ਨੇ ਪ੍ਰਭ ਥੰਬ ਤੇ ਨਿਕਸਹਿ ਕੈ ਵਿਸਥਾਰ ਫਿਰ ਪ੍ਰਮਾਤਮਾ ਪ੍ਰਗਟ ਹੋ ਗਏ ਨਰ ਸਿੰਘ ਦਾ ਰੂਪ ਧਾਰਨ ਕੀਤਾ ਸੀ ਅੱਧਾ ਸਰੀਰ ਜਿਹੜਾ ਉਹ ਸ਼ੇਰ ਦਾ ਤੇ ਅੱਧਾ ਸਰੀਰ ਬੰਦੇ ਦਾ ਸੀ ਕਿਉਂਕਿ ਹਰਨਾਕਸ਼ ਨੂੰ ਇਹ ਵਾਰ ਮਿਲਿਆ ਹੋਇਆ ਸੀ ਵੀ ਨਾ ਇਹ ਬੰਦੇ ਕੋਲ ਮਾਰ ਸਕਦਾ ਨਾ ਇਹ ਜਾਨਵਰ ਕੋਲ ਮਾਰ ਸਕਦਾ ਹੁਣ ਜਿਹੜਾ ਰੂਪ ਧਾਰਨ ਕੀਤਾ ਉਹ ਇਹ ਸੀ ਵੀ ਅੱਧਾ ਸਰੀਰ ਬੰਦੇ ਦਾ ਤੇ ਅੱਧਾ ਜਾਨਵਰ ਦਾ ਸ਼ੇਰ ਦਾ ਨਾ ਉਹ ਬੰਦਾ ਤੇ ਪੂਰਾ ਤੇ ਨਾ ਉਹ ਪੂਰਾ ਜਾਨਵਰ ਤੇ ਕਹਿੰਦੇ ਨੇ ਰੱਬ ਨੇ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਹਰਨਾਕਸ਼ ਨੂੰ ਆਪਣੀ ਗੋਦੀ ਵਿੱਚ ਲੈ ਲਿਆ ਨਾ ਉਹ ਧਰਤੀ ਤੇ ਸੀ ਨਾ ਉਹ ਆਕਾਸ਼ ਵਿੱਚ ਸੀ ਕਿਉਂਕਿ ਇਹ ਵੀ ਉਹਨੂੰ ਇੱਕ ਵਾਰ ਮਿਲਿਆ ਹੋਇਆ ਸੀ ਵੀ ਨਾ ਉਹ ਧਰਤੀ ਤੇ ਮਰੇਗਾ ਤੇ ਨਾ ਉਹ ਆਕਾਸ਼ 'ਚ ਮਰੇਗਾ ਤੇ ਰੱਬ ਨੇ ਆਪਣੀ ਗੋਦੀ ਵਿੱਚ ਚੱਕ ਲਿਆ ਨਰਸਿੰਘ ਦਾ ਰੂਪ ਉਤਾਰਨ ਕਰਕੇ ਵਾਰ ਉਹਨੂੰ ਏਸੀ ਵੀ ਉਹ ਨਾ ਅੰਦਰ ਮਰੇਗਾ ਤੇ ਨਾ ਉਹ ਬਾਹਰ ਮਰੇਗਾ ਤੇ ਭਗਤ ਪ੍ਰਹਲਾਦ ਦੀ ਰੱਖਿਆ ਕਰਨ ਵਾਸਤੇ ਹਰਨਾਕਸ਼ ਨੂੰ ਪਰਮਾਤਮਾ ਨੇ ਬਿਲਕੁਲ ਜਿੱਥੇ ਡੋਰ ਸਟੈਪ ਹੁੰਦਾ ਜਿੱਥੇ ਕਿਸੇ ਮਕਾਨ ਦੀ ਦਖਲੀਜ਼ ਹੁੰਦੀ ਹੈ ਉੱਥੇ ਲੈ ਗਏ ਵੀ ਨਾ ਉਹ ਅੰਦਰ ਹੈ ਤੇ ਨਾ ਉਹ ਬਾਹਰ ਹੈ ਹੁਣ ਜਿੰਨੇ ਵਾਰ ਮਿਲੇ ਹੋਏ ਸੀ ਹਰਨਾਕਸ਼ ਨੂੰ ਸਾਰੇ ਹੌਲੀ ਹੌਲੀ ਖਤਮ ਹੁੰਦੇ ਜਾ ਰਹੇ ਨੇ ਨਾ ਹੁਣ ਉਹ ਅੰਦਰ ਹੈ ਨਾ ਉਹ ਬਾਹਰ ਹੈ ਨਾ ਉਹ ਦਿਨ ਹੈ ਦਿਨ ਵੀ ਨਹੀਂ ਹੈ ਰਾਤ ਵੀ ਨਹੀਂ ਹੈ ਜਦੋਂ ਦਿਨ ਤੇ ਰਾਤ ਇਕੱਠੇ ਹੋ ਰਹੇ ਨੇ ਸਾਂਝ ਦਾ ਸਮਾਂ ਸੂਰਜ ਡੁੱਬ ਰਿਹਾ ਵਕਤ ਉਹ ਹੋ ਗਿਆ ਕਿਉਂਕਿ ਜਿੰਨੇ ਵੀ ਵਸੀਲੇ ਬੰਦਾ ਸੋਚਦਾ ਰੱਬ ਜਦੋਂ ਕਿਸੇ ਨੂੰ ਲਿਜਾਣਾ ਹੁੰਦਾ ਸਭ ਬੰਦ ਕਰ ਦਿੰਦੇ ਮਲਕਤ ਮੌਤ ਜਾ ਆਵਸੀ ਸਭ ਦਰਵਾਜੇ ਬੰਨ ਮਹਾਰਾਜ ਕਹਿੰਦੇ ਨੇ ਜਦੋਂ ਮੌਤ ਦਾ ਸਮਾਂ ਆਣਾ ਉਹਨੇ ਸਾਰੇ ਦਰਵਾਜੇ ਬੰਦ ਦੇਣੇ ਨੇ ਜਿਨ੍ਹਾਂ ਜਿਨ੍ਹਾਂ ਦਰਵਾਜੀਆਂ ਲਈ ਬੰਦਾ ਕੋਸ਼ਿਸ਼ ਕਰਦਾ ਵੀ ਮੌਤ ਨਾ ਆਵੇ ਉਹ ਮੌਤ ਨੇ ਸਭ ਜਿਹੜੇ ਨੇ ਉਹ ਵਿਅਰਥ ਕਰ ਦੇਣੇ ਨੇ ਹੁਣ ਪਰਮਾਤਮਾ ਨੇ ਰੂਪ ਵੀ ਆਪਣਾ ਇੱਕ ਵੱਖਰਾ ਬਣਾ ਲਿਆ ਕਹਿੰਦੇ ਨਰਸਿੰਘ ਦਾ ਰੂਪ ਉਤਾਰਨ ਕਰ ਲਿਆ ਨਾ ਉਹ ਬੰਦੇ ਦਾ ਰੂਪ ਹੈ ਨਾ ਉਹ ਜਾਨਵਰ ਦਾ ਰੂਪ ਹੈ। ਦਿਖਲੀਜ ਦੇ ਅੰਦਰ ਪਰ ਲੈ ਆਂਦਾ ਹਰਨਾਕਸ਼ ਨੂੰ ਨਾ ਉਹ ਅੰਦਰ ਹੈ ਤੇ ਨਾ ਉਹ ਬਾਹਰ ਹੈ। ਗੋਦੀ ਵਿੱਚ ਚੱਕ ਲਿਆ ਨਾ ਜ਼ਮੀਨ ਤੇ ਹੈ ਨਾ ਧਰਤੀ ਤੇ ਹੈ। ਇਹ ਸਾਰੀਆਂ ਗੱਲਾਂ ਤੇ ਫਿਰ ਉਹ ਨਾ ਅਸਤਰ ਤੇ ਨਾ ਸ਼ਸਤਰ ਹੁਣ ਜਿਹੜੀ ਅਖੀਰਲੀ ਗੱਲ ਸੀ। ਤੇ ਪ੍ਰਹਿਲਾਦ ਨੇ ਪ੍ਰਹਿਲਾਦ ਨੂੰ ਬਚਾਉਣ ਵਾਸਤੇ ਹਰਨਾਕਸ਼ ਨੇ ਹਰਨਾਕਸ਼ ਨੂੰ ਪਰਮਾਤਮਾ ਨੇ ਆਪਣੇ ਨੋਹਾਂ ਨਾਲ ਪਾੜ ਦਿੱਤਾ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਪਰਮਾਤਮਾ ਨੇ ਹਰਨਾਕਸ਼ ਨੂੰ ਆਪਣੇ ਨੋਹਾਂ ਨਾਲ ਪਾੜ ਦਿੱਤਾ ਦਖਲੀਜ ਦੇ ਅੰਦਰ ਖੜੇ ਕਰਕੇ ਗੋਦੀ ਦੇ ਅੰਦਰ ਚੱਕ ਕੇ ਸ਼ਾਮ ਦੇ ਟਾਈਮ ਜਿੱਲੇ ਸੂਰੇ ਡੁੱਬਣ ਵਾਲਾ ਸੀ ਉਸ ਵੇਲੇ ਪਰਮਾਤਮਾ ਨੇ ਨਵਾਂ ਰੂਪ ਧਾਰਨ ਕਰਕੇ ਜਿਹੜੇ 5 ਬਾਰ ਮਿਲੇ ਹੋਏ ਸਨ ਹਰਨਾਕਸ਼ ਨੂੰ ਪੰਜੇ ਹੀ ਜੜੇ ਨੇ ਖਤਮ ਕਰ ਦਿੱਤੇ ਇਸ ਗੱਲ ਦਾ ਪ੍ਰਤੀਕ ਜਿਹੜਾ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਵੀ ਨੇਕੀ ਦੀ ਬਦੀ ਉੱਤੇ ਹਮੇਸ਼ਾ ਹੀ ਜੜੀ ਆ ਉਹ ਜਿੱਤ ਹੁੰਦੀ ਹੈ। ਇਮਾਨਦਾਰੀ ਦੀ ਸੱਚਾਈ ਦੀ ਹਮੇਸ਼ਾ ਹੀ ਜੜੀ ਆ ਉਹ ਜਿੱਤ ਹੁੰਦੀ ਹੈ। ਇਸ ਕਰਕੇ ਹੋਲੀ ਦਾ ਤਿਉਹਾਰ ਸਿਰਫ ਰੰਗਾਂ ਦਾ ਤਿਉਹਾਰ ਨਹੀਂ ਹੈ। ਹੋਲੀ ਦਾ ਤਿਉਹਾਰ ਅਸਲ ਦੇ ਅੰਦਰ ਇਸ ਗੱਲ ਦਾ ਵੀ ਪ੍ਰਤੀਕ ਹੈ। ਇਹ ਜੀਵਨ ਦੇ ਅੰਦਰ ਬੰਦੇ ਨੂੰ ਸਚਾਈ ਦੇ ਅਨੁਸਾਰ ਧਰਮ ਦੇ ਅਨੁਸਾਰ ਰੱਬ ਦੇ ਉੱਤੇ ਭਰੋਸਾ ਰੱਖ ਕੇ ਉਸ ਇੱਕ ਪ੍ਰਮਾਤਮਾ ਨੂੰ ਹੀ ਰੱਬ ਮੰਨਣਾ ਚਾਹੀਦਾ ਹੈ ਬੰਦੇ ਦੀ ਗੁਲਾਮੀ ਨਹੀਂ ਕਰਨੀ ਚਾਹੀਦੀ ਬੰਦੇ ਦੀ ਅਧੀਨਗੀ ਨਹੀਂ ਕਰਨੀ ਚਾਹੀਦੀ ਵੀ ਕੋਈ ਕਰੋੜਪਤੀ ਬੰਦਾ ਕਵੇ ਮੈਂ ਹੀ ਰੱਬ ਹੋ ਗਿਆ ਕੋਈ ਸਿਆਸੀ ਬੰਦਾ ਕਵੇ ਮੈਂ ਹੀ ਰੱਬ ਹੋ ਗਿਆ ਸਾਰੇ ਮੇਰੇ ਹੁਕਮ ਅਨੁਸਾਰ ਚੱਲੋ ਭਾਵੇਂ ਉਹ ਹੁਕਮ ਕਰ ਦੇਵੇ ਗਲਤ ਮਲਤ ਸਭ ਉਸ ਨੂੰ ਮੰਨੀ ਜਾਓ ਇਸ ਕਰਕੇ ਹੋਲੀ ਦਾ ਤਿਉਹਾਰ ਜਿੱਥੇ ਰੰਗਾਂ ਦਾ ਤਿਉਹਾਰ ਹੈ ਉੱਥੇ ਨੇਕੀ ਦੀ ਬਲੀ ਉੱਤੇ ਜਿੱਤ ਦਾ ਵੀ ਪ੍ਰਤੀਕ ਹੈ ਤੇ ਜਿੱਥੇ ਸਮਾਜਿਕ ਤੌਰ ਦੇ ਉੱਤੇ ਇਸ ਹੋਲੀ ਦੇ ਤਿਉਹਾਰ ਵਾਲੇ ਦਿਨ ਇਹ ਗੱਲ ਕਹੀ ਜਾਂਦੀ ਹੈ ਵੀ ਇਸ ਦਿਨ ਬੰਦੇ ਨੂੰ ਆਪਣੇ ਮਨ ਦੇ ਅੰਦਰ ਫੋਰਗੇਟ ਐਂਡ ਫੋਰਗਿਵ ਭੁੱਲ ਜਾਓ ਤੇ ਮਾਫ ਕਰੋ ਆਪਣੇ ਮਨ ਦੇ ਅੰਦਰ ਹਰ ਤਰ੍ਹਾਂ ਦਾ ਕਿਸੇ ਵੀ ਪ੍ਰਤੀ ਦਾ ਬੈਰ ਭਾਵ ਹੈ, ਈਰਖਾ ਭਾਵ ਹੈ, ਇਹ ਮਿਲਵਰਤਨ ਦਾ ਤਿਉਹਾਰ ਕਿਹਾ ਜਾਂਦਾ। ਮੇਲ ਮਿਲਾਪ ਦਾ ਤਿਉਹਾਰ ਕਿਹਾ ਜਾਂਦਾ। ਖੁਸ਼ੀਆਂ ਦਾ ਤਿਉਹਾਰ ਕਿਹਾ ਜਾਂਦਾ। ਇਸੇ ਤਿਉਹਾਰ ਨੂੰ ਸ੍ਰੀ ਕ੍ਰਿਸ਼ਨ ਤੇ ਰਾਧਾ ਦੇ ਨਾਲ ਵੀ ਜੋੜਿਆ ਜਾਂਦਾ ਕਿਉਂਕਿ ਸ੍ਰੀ ਕ੍ਰਿਸ਼ਨ ਦਾ ਕਹਿੰਦੇ ਵੀ ਰੰਗ ਕਾਲਾ ਸੀ। ਪੂਤਨਾ ਦੇ ਜ਼ਹਿਰ ਵਾਲਾ ਦੁੱਧ ਪੀਣ ਕਰਕੇ ਉਹ ਸੋਚਦੇ ਸੀ ਵੀ ਰਾਧਾ ਜਿਹੜੀ ਮੈਨੂੰ ਪਸੰਦ ਨਹੀਂ ਕਰੇਗੀ ਤੇ ਉਹਨਾਂ ਨੇ ਕਿਹਾ ਬਈ ਤੂੰ ਜਿਹੜਾ ਰੰਗ ਜਿਹੜਾ ਤੈਨੂੰ ਪਸੰਦ ਆ ਉਹ ਮਾਲ ਦੇ ਤੇ ਉਹ ਇਸ ਕਰਕੇ ਰੰਗਾਂ ਦਾ ਤਿਉਹਾਰ ਜਿਹੜਾ ਹੋਲੀ ਵੀ ਜਿਹੜਾ ਉਹ ਮਥੜਾ ਦੇ ਅੰਦਰ ਬੜੀ ਵੱਡੀ ਪੱਦਰ ਦੇ ਉੱਤੇ ਮਨਾਇਆ ਜਾਂਦਾ ਉਹ ਰੰਗਾਂ ਦਾ ਤਿਉਹਾਰ ਬਣ ਜਾਂਦਾ ਇਸ ਕਰਕੇ ਇਸ ਹੋਲੀ ਦਾ ਹਿੰਦੁਸਤਾਨ ਦੇ ਅੰਦਰ ਬੜੇ ਪ੍ਰਾਤਨ ਸਮੇ ਤੋਂ ਹੀ ਜਿਹੜਾ ਇਹ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ਪਰ ਕਿਉਂਕਿ ਹਰ ਚੀਜ਼ ਜਿਹੜੀ ਆ ਸਮਾਂ ਪਾ ਕੇ ਕਈ ਵਾਰ ਜਿਹੜੀ ਆ ਅਸਲੀਅਤ ਭੁੱਲ ਜਾਂਦੀ ਲੋਕਾਂ ਨੂੰ ਜਿਹੜੀ ਠੀਕ ਗੱਲ ਹੁੰਦੀ ਹੈ ਕਿਸੇ ਤਿਉਹਾਰ ਦੇ ਨਾਲ ਜੁੜੀ ਹੋਈ ਉਹ ਗੱਲ ਬੰਦੇ ਨੂੰ ਭੁੱਲ ਜਾਂਦੀ ਹੈ ਬੰਦਾ ਯਾਦ ਨਹੀਂ ਕਰਦਾ ਸਗੋਂ ਉਸ ਨੂੰ ਇੱਕ ਨੀਵੇਂ ਪੱਦਰ ਦੇ ਉੱਤੇ ਲਿਆ ਆਉਂਦਾ ਜਿਵੇਂ ajo ke ਸਮੇਂ ਦੇ ਅੰਦਰ ਹੋਲੀ ਵਾਲੇ ਦਿਨ ਲੜਾਈ ਝਗੜੇ ਹੁੰਦੇ ਨੇ ਲੜਾਈ ਝਗੜੇ ਮਿਟਾਉਣ ਵਾਲਾ ਤਿਉਹਾਰ ਹੀ ਲੜਾਈਆਂ ਝਗੜਿਆਂ ਦਾ ਕਾਰਨ ਬਣ ਜਾਂਦਾ ਪਵਿੱਤਰਤਾ ਤੇ ਨੇਕੀ ਦੀ ਗੱਲ ਕਰਨ ਵਾਲੇ ਤਿਉਹਾਰ ਵਾਲੇ ਦਿਨ ਵੀ ਬੰਦਾ ਅਪਵਿੱਤਰ ਹੋ ਜਾਂਦਾ ਕਿਉਂਕਿ ਬੰਦਾ ਜਦੋਂ ਖੋਲ ਲੈਂਦਾ ਫਿਰ ਕੋਈ ਸੀਮਾ ਨਹੀਂ ਰੱਖਦਾ ਫਿਰ ਕੋਈ ਸੰਜਮ ਨਹੀਂ ਰੱਖਦਾ ਫਿਰ ਕਿਸੇ ਚੀਜ਼ ਦਾ ਡਰ ਨਹੀਂ ਰੱਖਦਾ ਤੇ होली-ਹੋਲੀ ਇਹ ਤਿਉਹਾਰ ਐਸਾ ਸਰੂਪ ਕਈ ਥਾਵਾਂ ਦੇ ਉੱਤੇ ਬਣ ਗਿਆ ਵੀ ਲੋਕੀ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਣ ਲੱਗ ਪਏ ਜਿਵੇਂ ਅਜੋਕੇ ਸਮੇਂ ਦੇ ਅੰਦਰ ਇੱਕ ਦੂਜੇ ਉੱਤੇ ਆਂਡੇ ਮਾਰੀ ਜਾਂਦੇ ਲੋਕੀ ਹੋਰ ਭਦੇ ਕਿਸਮ ਦਾ ਨੀਵੀ ਪੱਦਰ ਦਾ ਜਿਹੜਾ ਮਜ਼ਾਕ ਕੀਤਾ ਜਾਂਦਾ ਬਹੁ ਬੇਟੀਆਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ ਕਈ ਤਰ੍ਹਾਂ ਦੇ ਫਿਕਰੇ ਗッセ ਜਾਂਦੇ ਆ ਨੇ ਇਸ ਕਰਕੇ ਨੀਵੀਂ ਪੱਦਰ ਤੇ ਚਲਾ ਜਾਂਦਾ ਹੈ ਕਈ ਥਾਵਾਂ ਦੇ ਉੱਤੇ ਤਿਹਾਰ ਤੇ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਸਾਨੂੰ ਇਸ ਹੋਲੀ ਦੀ ਗੱਲ ਕਰਕੇ ਜਿਹੜਾ ਹੋਲੀ ਦਾ ਸਹੀ ਸਰੂਪ ਹੈ ਜਿਹੜੀ ਹੋਲੀ ਦੀ ਸਹੀ ਮਰਿਆਦਾ ਜਾਂ ਅਸਲ ਦੇ ਅੰਦਰ ਮਹਾਰਾਜ ਨੇ ਇਸ ਨੂੰ ਬੜਾ ਉੱਚਾ ਪੱਦਰ ਅਧਿਆਤਮਿਕ ਰੰਗਤ ਦਾ ਰੂਪ ਦਿੱਤਾ ਪਰਮਾਤਮਾ ਦੀ ਪ੍ਰੀਤ ਦੇ ਨਾਲ ਨਾਮ ਦਾ ਰੰਗ ਆਪਣੇ ਮਨ ਦੇ ਉੱਤੇ ਚਾੜਨ ਦੀ ਗੱਲ ਕੀਤੀ ਹੈ ਤੋ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਨੇ ਬਸੰਤ ਰਾਗ ਦੇ ਅੰਦਰ Holi ਦੇ ਸਬੰਧ ਦੇ ਅੰਦਰ ਉਸ ਉੱਚ ਪੱਧਰ ਦੀ Holi ਦੀ ਗੱਲ ਕੀਤੀ ਹੈ ਜਿਹੜੇ ਗੁਰਮੁਖ ਪਿਆਰੇ ਸਤਸੰਗੀ ਜੀਵ ਜਿਹੜੇ ਨੇ ਸਤਸੰਗਤ ਦੇ ਅੰਦਰ ਉਸ ਪ੍ਰਮਾਤਮਾ ਦੇ ਨਾਮ ਨਾਲ ਆਪਣੇ ਮਨ ਨੂੰ ਰੰਗ ਕੇ ਕਰਦੇ ਹਨ ਜਿਸ ਦੀ ਵਿਚਾਰ ਆਪਾਂ ਕੱਲ ਨੂੰ ਫਿਰ ਇਸ ਥਾਂ ਦੇ ਉੱਤੇ ਕਰਾਂਗੇ ਤੁਹਾਨੂੰ ਇਸੇ ਸ਼ਬਦ ਦੀ ਵਿਚਾਰ ਜਿਹੜੀ ਆਪਾਂ ਸਰਵਨ ਕਰਾਂਗੇ ਤੋ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਤੁਸੀਂ ਦੇਖ ਰਹੇ ਹੋ ਦੋ ਦੈਨਿਕ ਸਵੇਰਾ ਟੀਵੀ ਚੈਨਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ